ਖਬਰ ਧੂਰੀ ਤੋਂ ਹੈ, ਜਿੱਥੇ ਧੂਰੀ ਪੁਲਿਸ ਨੇ ਇੱਕ ਹਫ਼ਤਾ ਪਹਿਲਾਂ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਬੀਤੇ ਹਫ਼ਤੇ ਇੱਕ ਅਧਿਆਪਕ ਦਾ ਡਿਊਟੀ 'ਤੇ ਜਾਣ ਦੌਰਾਨ ਕਤਲ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਸੀ। ਪੁਲਿਸ ਨੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਰਿਮਾਂਡ ਲੈ ਲਿਆ ਹੈ ਅਤੇ ਉਹਨਾਂ ਤੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਦੀ ਅਧਿਆਪਕ ਨਾਲ ਪਹਿਲਾਂ ਦੀ ਰੰਜਿਸ਼ ਚੱਲਦੀ ਸੀ, ਜਿਸ ਦੇ ਚੱਲਦੇ ਪਹਿਲਾਂ ਵੀ ਇਹਨਾਂ ਦੀ ਥੋੜ੍ਹੀ ਤਕਰਾਰ ਹੋਈ ਸੀ। ਉਸ ਤੋਂ ਬਾਅਦ ਇਹਨਾਂ ਨੇ ਅਧਿਆਪਕ ਦਾ ਉਸ ਸਮੇਂ ਕਤਲ ਕਰ ਦਿੱਤਾ ਜਦ ਉਹ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ 'ਤੇ ਜਾ ਰਿਹਾ ਸੀ। ਫਿਲਹਾਲ ਦੋਨੋਂ ਦੋਸ਼ੀ ਪੁਲਿਸ ਦੇ ਕਾਬੂ ਵਿੱਚ ਹਨ ਅਤੇ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। ਇੱਕ 9 ਤਰੀਕ ਨੂੰ ਇੱਕ ਅੰਨਾ ਕਤਲ ਦੀ ਵਾਰਦਾਤ ਹੋਈ ਸੀਗੀ ਥਾਣਾ ਸ਼ੇਰਪੁਰ ਦੇ ਏਰੀਏ 'ਚ, ਪਿੰਡ ਵਜੀਦਪੁਰ ਵਿਦੇਸ਼ਾ ਕੋਲ। ਸਾਹਿਬ ਸਿੰਘ ਪ੍ਰਾਈਮਰੀ ਸਕੂਲ ਟੀਚਰ ਸੀਗੇ, ਇਹ ਆਪਣੇ ਸਕੂਲ ਨੂੰ ਸਵੇਰੇ ਜੋਬ 'ਤੇ ਜਾ ਰਹੇ ਸੀ। ਕਰੀਬ 8 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਛ ਨਾਮਲੂਮ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀਗਾ, ਜਿਸ ਸੰਬੰਧੀ ਅਸੀਂ ਵੱਖ ਵੱਖ ਟੀਮਾਂ ਬਣਾ ਕੇ ਟੈਕਨੀਕਲ ਅਤੇ ਹੋਰ ਫੋਰੈਂਸਿਕ ਐਵੀਡੈਂਸ ਦੀ ਮਦਦ ਨਾਲ ਇਹ ਵਾਰਦਾਤ ਨੂੰ ਟਰੇਸ ਕੀਤਾ ਅਤੇ ਜਿਹਦੇ 2 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਇਹ ਦੋਸ਼ੀ ਜਗਤਾਰ ਸਿੰਘ ਤਾਰੀ ਅਤੇ ਦੂਜਾ ਹਰਜੋਤ ਸਿੰਘ ਉਰਫ ਜੋਤ, ਇੱਕ ਦੀ ਉਮਰ 34 ਸਾਲ ਹੈ ਅਤੇ ਦੂਜੇ ਦੀ 19 ਸਾਲ ਉਮਰ। ਇਹਨਾਂ ਨੇ ਕਤਲ ਕਿਉਂ ਕੀਤਾ, ਕੀ ਕਾਰਨ ਸੀ? ਇਹਨਾਂ ਦਾ ਪਹਿਲਾਂ ਵੀ ਜਿਹੜਾ ਜਗਤਾਰ ਸਿੰਘ ਤਾਰੀ ਹੈ, ਇਹਦੀ ਪਹਿਲਾਂ ਉਹਦੇ ਨਾਲ ਤਕਰਾਰਬਾਜ਼ੀ ਚੱਲਦੀ ਸੀ, ਇਹਦੇ ਪਰਸਨਲ ਰੀਜ਼ਨਸ ਕਰਕੇ ਕੋਈ ਪਹਿਲਾਂ 2 ਵਾਰੇ ਪਹਿਲਾਂ ਵੀ ਇਹਨਾਂ ਦੀ ਮੁੱਠਭੇੜ ਹੋਈ ਆ, ਆਪਸ 'ਚ ਹੱਥੋਪਾਈ ਹੋਏ ਨੇ, ਮਲੇਰਕੋਟਲੇ ਵੀ, ਫਿਰ ਇਹਦੇ ਪਿੰਡ ਵੀ। ਉਹਨੂੰ ਲੱਗਦੇ ਜਿਹੜਾ ਜਗਤਾਰ ਸੀ ਉਹਦੇ ਮਨ 'ਚ ਖਦਸ਼ਾ ਸੀ ਕਿ ਇਹ ਮੇਰਾ ਨੁਕਸਾਨ ਕਰੂਗਾ ਜਾਂ ਮੈਨੂੰ ਮਾਰੂਗਾ, ਜਿਸ ਨੂੰ ਲੱਗਦੇ ਹੋਏ ਉਹਨੇ ਇਹਦਾ ਕਤਲ ਕਰ ਦਿੱਤਾ। ਕਿਸ ਚੀਜ਼ ਨਾਲ ਮਾਰਿਆ ਸੀ? ਹਥਿਆਰ ਬਰਾਮਦ ਕਰ ਲਿਆ ਜੀ ਨਾਲ ਦੀ ਨਾਲ। ਇਹ ਮੋਟਰਸਾਈਕਲ 'ਤੇ ਜਦੋਂ ਉਹ ਆਪਣੇ ਸਕੂਲ ਨੂੰ ਜਾ ਰਿਹਾ ਸੀ, ਇਹ ਦੂਜੇ ਪਾਸਿਓਂ ਮੋਟਰਸਾਈਕਲ 'ਤੇ ਆ ਰਹੇ ਸੀ 2 ਬੰਦੇ, ਰਾਹ 'ਚ ਉਹਨੂੰ ਚੱਲਦੇ ਮੋਟਰਸਾਈਕਲ 'ਤੇ ਇਹਨਾਂ ਨੇ ਹੱਥ ਦੇ ਕੇ ਜਦੋਂ ਉਹਨੇ ਸਲੋਅ ਕੀਤਾ ਤਾਂ ਇਹਨਾਂ ਕੋਲ ਇੱਕ ਤੇਜ਼ ਧਾਰ ਹਥਿਆਰ ਸੀਗਾ, ਜਿਹੜਾ ਇੱਕ ਨੋਕੀਲਾ, ਤੁਸੀਂ ਉਹਨੂੰ ਖੇਪ ਕਹਿ ਸਕਦੇ ਹੋ ਜਾਂ ਭਾਲੇ ਦੀ ਸ਼ੇਪ 'ਚ ਸੀਗਾ, ਜਿਹੜਾ ਇਹਨੇ ਉਹਦੇ 'ਚ ਮਾਰਤਾ, ਉਹਦੀ ਚੈਸਟ 'ਚ ਵੱਜਿਆ ਅਤੇ ਉਹਦੀ ਇੰਜਰੀ ਨਾਲ ਉਹਦੀ ਡੈਥ ਹੋ ਗਈ। ਇਹਦਾ 3 ਦਿਨ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਸੀ ਜੀ, ਅਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ, ਬਾਕੀ ਇਹਨਾਂ ਦਾ ਹੋਰ ਵੀ ਰਿਮਾਂਡ ਲਿਆ ਜਾਊਗਾ। ਦੋਸ਼ੀ ਇੱਕ ਦੀ ਉਮਰ 34 ਸਾਲ ਹੈ ਜੀ, ਦੂਜੇ ਦੀ ਉਮਰ 19 ਸਾਲ ਹੈ। ਦੋਸ਼ੀ ਇੱਕ ਕੰਗਣਵਾਲ ਦੇ ਰਹਿਣ ਵਾਲੇ ਨੇ ਜੀ। ਨਹੀਂ ਜੀ, ਪਹਿਲਾਂ ਕੋਈ ਪ੍ਰੀਵੀਅਸ ਹਿਸਟਰੀ ਨਹੀਂ ਜੀ। ਇਹਦੀ ਪਰਸਨਲ ਐਨੈਮਿਟੀ ਸੀਗੀ ਜੀ, ਪੁਰਾਣਾ ਕੋਈ ਪਰਸਨਲ ਰੀਜ਼ਨਸ ਕਰਕੇ ਇਹਨਾਂ ਦੀ ਆਪਸ 'ਚ ਰੰਜਿਸ਼ਬਾਜ਼ੀ ਚੱਲ ਰਹੀ ਸੀ। ਪਹਿਲਾਂ ਵੀ 1-2 ਵਾਰ ਤਕਰਾਰਬਾਜ਼ੀ ਹੋਈ ਆ ਪਿਛਲੇ ਸਾਲ 'ਚ।